ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਪੰਜਾਬ ਕਬੱਡੀ ਉੱਤੇ। ਦੋਸਤੋ, ਪਿਛਲੇ ਦਿਨ ਜਿਹੜੀ ਛੋਟੇ ਨਾਥ ਦੀ ਅਤੇ ਸਿੱਲੂ ਬਹੂ ਅਕਬਰਪੁਰ ਦੀ ਥੋੜ੍ਹੀ ਜਿਹੀ ਲੜਾਈ ਹੋ ਗਈ ਸੀ, ਉਹਦੇ ਬਾਰੇ ਛੋਟੇ ਨਾਥ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਇੱਕ ਸਟੋਰੀ ਸਾਂਝੀ ਕੀਤੀ ਹੈ, ਜਿਸਦੇ ਵਿੱਚ ਲਿਖਿਆ ਹੋਇਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜੋ ਪਿਛਲੇ ਦਿਨ ਹੋਇਆ ਗਲਤ ਹੋਇਆ, ਸਾਨੂੰ ਖੁਦ ਨੂੰ ਵੀ ਚੰਗਾ ਨਹੀਂ ਲੱਗਦਾ, ਅਗਰੈਸਿਵ ਵਿੱਚ ਹੋ ਗਿਆ, ਸਾਡੀ ਗਲਤੀ ਸੀ, ਮੈਂ ਸੋਰੀ ਫੀਲ ਕਰਦਾ ਹਾਂ। ਕਬੱਡੀ ਦੇ ਵਿੱਚ ਇੱਦਾਂ ਨਹੀਂ ਹੋਣਾ ਚਾਹੀਦਾ, ਅਤੇ ਮੇਰੀ ਅਤੇ ਸਿੱਲੂ ਦੇ ਵਿੱਚ ਗਰਾਊਂਡ ਦੇ ਵਿੱਚ ਹੀ ਗੱਲ ਜਿਹੜੀ ਉਹ ਸੋਲਵ ਹੋ ਗਈ ਸੀ। ਅਤੇ ਪੇਜ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਨਾ ਪਾਓ ਅਤੇ ਸ਼ੇਅਰ ਨਾ ਕਰੋ। ਅਤੇ ਬਹੁਤ ਵਧੀਆ ਗੱਲ ਹੈ ਦੋਸਤੋ ਕਿ ਕੋਈ ਵੀ ਖਿਡਾਰੀ ਆਪਣੀ ਜਿਹੜੀ ਉਹ ਗਲਤੀ ਮੰਨਦਾ ਹੈ। ਅਤੇ ਅੱਗੇ ਵੀ ਦੋਸਤੋ ਹੋਰ ਵੀ ਜਿਹੜੇ ਪਲੇਅਰ ਨੇ ਉਹ ਇੱਦਾਂ ਦੀਆਂ ਗਲਤੀਆਂ ਨਾ ਕਰੋ, ਅਤੇ ਨਾ ਹੀ ਦੋਸਤੋ ਸਾਰੇ ਫੇਸਬੁੱਕ ਪੇਜ ਵਾਲੇ ਜਾਂ ਫਿਰ ਯੂਟਿਊਬ ਵਾਲੇ ਇੱਦਾਂ ਦੀਆਂ ਵੀਡੀਓਆਂ ਨੂੰ ਜ਼ਿਆਦਾ ਸ਼ੇਅਰ ਨਾ ਕਰਿਆ ਕਰੋ। ਇਹ ਸੀ ਦੋਸਤੋ ਅੱਜ ਦੀ ਵੀਡੀਓ। ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖੋ। ਧੰਨਵਾਦ।